For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਖਬਰ ਜਲੰਧਰ ਤੋਂ ਹੈ ਜਿੱਥੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਆ ਉਂਝ ਤਾਂ ਹਰ ਇਨਸਾਨ ਆਪਣੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਪਰ ਜੇ ਸਫਲਤਾ ਨਾ ਮਿਲੇ ਤਾਂ ਉਹ ਰੱਬ ਦੀ ਸ਼ਰਨ ਵਿੱਚ ਜਾਂਦਾ ਜਿਸ ਦਰਬਾਰ ਵਿੱਚ ਉਸਦੀ ਮੁਰਾਦ ਪੂਰੀ ਹੁੰਦੀ ਹੈ ਉਸਦੇ ਲਈ ਉਹ ਦਰਬਾਰ ਸਭ ਤੋਂ ਉੱਚਾ ਬਣ ਜਾਂਦਾ ਇਹੋ ਜਿਹਾ ਇੱਕ ਦਰਬਾਰ ਬਾਬਾ ਨਿਹਾਲ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਉੱਥੋਂ ਦੀ ਖਾਸੀਅਤ ਇਹ ਹੈ ਕਿ ਵਿਦੇਸ਼ ਜਾਣ ਦੀ ਸੁੱਖ ਪੂਰੀ ਹੋਣ ਤੇ ਭਗਤ ਉੱਥੇ ਜਹਾਜ਼ ਦੇ ਖਿਡੌਣੇ ਚੜਾਉਂਦੇ ਨੇ ਇਸ ਤਰ੍ਹਾਂ ਇਹ ਗੁਰਦੁਆਰਾ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਕੀ ਨਾਮ ਤੁਹਾਡਾ ਜੀ ਧਰਮਿੰਦਰ ਸਿੰਘ ਜੀ ਆਹ ਜਿਹੜਾ ਤੁਹਾਡੇ ਹੱਥ 'ਚ ਇਸ ਵੇਲੇ ਜਹਾਜ਼ ਫੜਿਆ ਤੁਸੀਂ ਇਹ ਕਿਸ ਲਈ ਇੱਥੇ ਲੈ ਕੇ ਇਸ ਮੋਟਿਵ ਨਾਲ ਹੀ ਕੋਈ ਸਾਡੇ ਫਰੈਂਡ ਜਾ ਚੁੱਕੇ ਨੇ ਬਾਹਰ ਅਤੇ ਅਸੀਂ ਵੀ ਜਾਣਾ ਚਾਹੁੰਦੇ ਹਾਂ ਉਸ ਲਈ ਅਸੀਂ ਗੁਰਦੁਆਰਾ ਸਾਹਿਬ ਇਸ ਨੂੰ ਭੇਟ ਕਰਨਾ ਹੈ ਤੁਹਾਨੂੰ ਕਿਸੇ ਨੇ ਸੁਜੈਸਟ ਕੀਤਾ ਸੀ ਕਿਹੜੇ ਜਹਾਜ਼ ਲਈ ਹਾਂ ਜਿਹੜੇ ਫਰੈਂਡ ਸਾਡੇ ਚਲੇ ਗਏ ਆ ਬਾਹਰ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਸੀ ਕਿ ਉੱਥੇ ਜਾ ਕੇ ਮੱਥਾ ਟੇਕੋ ਅਤੇ ਫਿਰ ਤੁਹਾਡਾ ਥੈਂਕ ਯੂ ਪੂਰੀ ਸ਼ਰਧਾ ਹਾਂਜੀ ਹਾਂ ਪੂਰੀ ਇਹ ਜੀ ਇਹ ਗੁਰਦੁਆਰਾ ਸਾਹਿਬ ਦੀ ਮਾਨਤਾ ਆ ਇੱਥੇ ਜਿਹੜਾ ਜਹਾਜ਼ ਚੜ੍ਹਾਇਆ ਜਾਵੇ ਅਤੇ ਮਨੋਕਾਮਨਾ ਪੂਰੀ ਹੁੰਦੀ ਹੈ ਉਹਨੂੰ ਜਹਾਜ਼ ਦਾ ਝੋਲਾ ਜ਼ਰੂਰ ਮਿਲਦਾ ਆ ਸਾਡੇ ਕਾਫੀ ਰਿਲੇਟਿਵ ਵੀ ਇੱਥੇ ਚੜ੍ਹਾ ਕੇ ਗਏ ਆ ਉਹ ਇਸ ਟਾਈਮ ਵਿਦੇਸ਼ਾਂ 'ਚ ਬੈਠੇ ਆ ਅਤੇ ਇੱਕ ਦੋ ਵਾਰੀ ਮੈਂ ਵੀ ਟਰੈਵਲ ਕਰ ਆਇਆ ਬਾਹਰ ਪਰ ਹੁਣ ਪੂਰੀ ਫੈਮਿਲੀ ਦਾ ਅਸੀਂ ਚਾਹੁੰਦੇ ਹਾਂ ਵੀ ਅਸੀਂ ਬਾਹਰ ਟਰੈਵਲ ਕਰਕੇ ਆਈਏ ਪੂਰੀ ਸ਼ਰਧਾ ਹੈ ਜੀ ਇੱਥੇ ਹੋਰ ਮਨੋਕਾਮਨਾ ਪਹਿਲਾਂ ਵੀ ਪੂਰੀਆਂ ਹੋਈਆਂ ਅੱਗੋਂ ਵੀ ਹੁੰਦੀਆਂ ਰਹਿਣਗੀਆਂ ਤੇ ਖਬਰ ਤਲਵੰਡੀ ਸਾਬੋ ਤੋਂ ਆ ਰਹੀ ਹੈ ਜਿੱਥੇ ਨਸੀਰਪੁਰ ਦੇ ਗਰੀਬ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਪਿਛਲੀ ਸਰਕਾਰ ਦੇ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਜਿਸ ਕਾਰਨ ਗਰੀਬ ਲੋਕਾਂ ਦੇ ਘਰ ਦੀ ਰਸੋਈ ਬੰਦ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਉਹਨਾਂ ਨੇ ਪੈਨਸ਼ਨ ਵਧਾਉਣ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਸਕੀਮਾਂ ਮੁੜ ਚਾਲੂ ਨਾ ਕੀਤੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਸਭ ਆਟਾ ਦਾਲ ਸਕੀਮ ਜਿਹੜੀ ਹੈ ਉਹ ਬੰਦ ਨਹੀਂ ਕੀਤੀ ਗਈ ਸਰਕਾਰ ਨੇ ਫੈਸਲਾ ਕੀਤਾ ਕਿ ਹਰ ਮਹੀਨੇ ਕਣਕ ਵੰਡਣ ਨਾਲੋਂ 6 ਮਹੀਨਿਆਂ ਦੇ ਵਿੱਚ ਇੱਕ ਵਾਰੀ ਕਣਕ ਵੰਡੀ ਜਾਏਗੀ ਕਿਉਂਕਿ ਇਹਦਾ ਇਹਨੂੰ ਵੰਡਣਾ ਇਹਨੂੰ ਤਕਸੀਮ ਕਰਨਾ ਇਹਨੂੰ ਹੈਂਡਲਿੰਗ ਦੇ ਬੜੇ ਇਹ ਬੜਾ ਕੋਸਟਲੀ ਅਫੇਅਰ ਹੈ ਸੋ ਆਟੇ ਦੀ ਬਜਾਏ ਕਣਕ ਜਿਹੜੀ ਹੈ ਔਰ ਐਤਕੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਮੰਡੀਆਂ ਦੇ ਵਿੱਚ ਭਰਤੀ ਹੋਈ ਬੋਰੀਆਂ ਦੀ ਤਾਂ 30-30 ਕਿਲੋ ਦੇ ਬੋਰੀਆਂ ਭਰਤੀ ਹੋਈ ਜਿਹੜੀ ਕਿ ਇਹ ਰਾਸ਼ਨ ਸਕੀਮ 'ਚ ਆਉਣਾ ਜਿੱਥੋਂ ਤਾਂ ਦਾਲ ਦਾ ਔਰ ਕਾਂਗਰਸ ਪਾਰਟੀ ਨੇ ਚੀਨੀ ਅਤੇ ਚਾਹ ਪੱਤੀ ਦਾ ਵੀ ਪ੍ਰੋਮਿਸ ਕੀਤਾ ਸੋ ਦਾਲ ਦੇਣ ਦੀ ਬਜਾਏ ਚਾਹ ਦੇਣ ਦੀ ਬਜਾਏ ਜਾਂ ਖੰਡ ਦੇਣ ਦੀ ਬਜਾਏ ਜਿਹੜੇ ਲਾਭਪਾਤਰ ਹੋਣਗੇ ਉਹਨਾਂ ਨੂੰ ਇੱਕ ਸਮਾਰਟ ਕਾਰਡ ਦਿੱਤਾ ਜਾਏਗਾ ਔਰ ਹਰ 6 ਮਹੀਨਿਆਂ ਬਾਅਦ ਉਹ ਸਮਾਰਟ ਕਾਰਡ ਦੇ ਵਿੱਚ ਪੈਸੇ ਜਿਹੜੇ ਹੈ ਲੋਡ ਕੀਤੇ ਜਾਣਗੇ ਔਰ ਇਹ ਜਿਹੜੇ ਸਮਾਰਟ ਕਾਰਡ ਹੋਣਗੇ ਇਹ ਘਰ ਦੀ ਔਰਤ ਦੇ ਨਾਂ 'ਤੇ ਹੋਣਗੇ ਔਰ ਘਰ ਦੀ ਔਰਤ ਕਿਸੇ ਵੀ ਰਾਸ਼ਨ ਦੀ ਦੁਕਾਨ 'ਤੇ ਜਾ ਕੇ ਜ਼ਰੂਰੀ ਨਹੀਂ ਕਿ ਉਹਨੇ ਚਾਹ ਜਾਂ ਖੰਡ ਲੈਣੀ ਹੈ ਪਰ ਜਿੰਨੇ ਪੈਸਿਆਂ ਦੀ ਚਾਹ ਜਾਂ ਖੰਡ ਜਾਂ ਦਾਲ ਹੋਏਗੀ ਜੋ ਵੀ ਘਰੇ ਜ਼ਰੂਰਤ ਹੈ ਜਿਸ ਚੀਜ਼ ਦੀ ਉਸ ਉਹ ਰਾਸ਼ਨ ਜਿਹੜਾ ਉਹ ਲੈ ਸਕਦੀ ਹੈ ਹਰ 6 ਮਹੀਨੇ ਬਾਅਦ ਇਹ ਤਕਸੀਮ ਹੋਏਗੀ ਔਰ ਮੈਨੂੰ ਲੱਗਦਾ ਇਸ ਮਹੀਨੇ ਦੇ ਵਿੱਚ ਜਿਹੜਾ ਆਟਾ ਦਾਲ ਸਕੀਮ ਜਿਹੜੀ ਹੈ ਜਦੋਂ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਔਰ ਜਿਵੇਂ ਵੈਰੀਫਿਕੇਸ਼ਨ ਹੋਊਗੀ ਤਾਂ ਇਹ ਲੋਕਾਂ 'ਚ ਤਕਸੀਮ ਹੋਣਾ ਸ਼ੁਰੂ ਹੋ ਜਾਏਗਾ ਸਰ ਸਾਨੂੰ ਨਾ ਜਿਹੜੀ 9ਵੇਂ ਮਹੀਨੇ ਦੇ ਵਿੱਚ ਕਣਕ ਮਿਲੀ ਸੀਗੀ ਪਿਛਲੇ ਜਦੋਂ ਇਹਨਾਂ ਨੇ ਵੋਟਾਂ ਵੇਲੇ ਵਾਅਦੇ ਕੀਤੇ ਸੀਗੇ ਵੀ ਤੁਹਾਨੂੰ 2-2 ਕਿਲੋ ਘਿਓ ਦੇਵਾਂਗੇ ਨਾਲ ਤੁਹਾਨੂੰ ਚਾਹ ਪੱਤੀ ਦੇਵਾਂਗੇ ਸਾਨੂੰ 9ਵੇਂ ਮਹੀਨੇ ਤੋਂ ਬਾਅਦ 3ਜੇ ਮਹੀਨੇ 'ਚ ਸਾਡੀ ਕਣਕ ਮਿਲਣੀ ਸੀਗੀ ਅੱਜ 4-4.5 ਮਹੀਨੇ ਉੱਪਰ ਦੀ ਹੋ ਗਏ ਆ 10 ਮਹੀਨੇ ਹੋ ਗਏ ਸਾਨੂੰ ਕਣਕ ਨਹੀਂ ਮਿਲੀ ਅੱਜ ਗਰੀਬ ਲੋਕ ਮੇਰੇ ਭੈਣ ਭਰਾ ਸਾਰੇ 2-2 ਕਿਲੋ ਆਟਾ ਚੱਕੀਆਂ ਤੋਂ ਲੈ ਕੇ ਆਉਂਦੇ ਅਤੇ ਆਪਣਾ ਪੇਟ ਪਾਲਦੇ ਹੈ ਜਿਨ੍ਹਾਂ ਦੇ ਚੁੱਲ੍ਹੇ ਅੱਜ ਬਹੁਤ ਠੰਡੇ ਹੈ ਇਸ ਗੱਲ ਦਾ ਸਾਨੂੰ ਦੁੱਖ ਹੈ ਕਿ ਗਰੀਬ ਪਰਿਵਾਰ ਜਿਹਨੇ ਇੱਕ ਰੋਟੀ ਦਾ ਵਾਅਦਾ ਕਰਿਆ ਸੀ ਉਹ ਵੀ ਇਹਨਾਂ ਕਿਸਾਨਾਂ ਨੂੰ ਗਰੀਬਾਂ ਨੂੰ ਨਹੀਂ ਦੇ ਰਿਹਾ ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ ਟੀਵੀ ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ A1 ਨਿਊਜ਼ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਦੇ ਕਲਾਕਾਰ 21 ਜੁਲਾਈ ਨੂੰ 7 ਵਜੇ ਅਨਾਜ ਮੰਡੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਲਾਈਟ ਸਾਈਟ ਐਂਡ ਸਾਊਂਡ ਸ਼ੋ ਪੇਸ਼ ਕਰਨਗੇ ਹਰਿਆਣਾ ਦੇ ਸਵਰਨ ਜਯੰਤੀ ਵਰ੍ਹੇ ਦੇ ਉਪਲਕਸ਼ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਇਹ ਜਾਣਕਾਰੀ ਵਿਧਾਇਕ ਸ੍ਰੀ ਕੁਲਵੰਤ ਬਾਜੀਗਰ ਨੇ ਆਪਣੇ ਘਰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ
उन्होंने दसिया कि सरकार द्वारा बाबा बंदा सिंह बहादुर के जीवन दर्शन के बारे प्रदेश वासियों अते पीढ़ियां नूं जाणू करवाउण दे लई हरियाणा के विभिन्न जिलों में यह शो आयोजित किया जा रहा है। 21 तारीख को बाबा बंदा सिंह बहादुर जी की जीवनी के बारे में, पूरे इतिहास के बारे में एक नाटकीय साइट एंड साउंड जो प्रोग्राम रात्रि अनाज मंडी चिका में रखा जा रहा है, जो कि एक बहुत ही बड़ा प्रोग्राम एक देखने योग्य होगा, जिसमें पहले भी बहुत जगह प्रोग्राम हुए हैं। कुछ समय एक साल पहले मुझे कैथल प्रोग्राम देखने का सौभाग्य प्राप्त हुआ था, लेकिन उस वक्त मैंने अपील की थी एसएस बाबा जी से, क्योंकि ये राष्ट्रीय संयोजन है, कि ये प्रोग्राम हमारे चीका में भी हो, तो वो माननीय मुख्यमंत्री जी ने चीका में करने के भी आदेश दे दिए हैं, तो इसीलिए ये प्रोग्राम बड़ी बहुत ही खुशी के साथ मनाया जाएगा और उसमें पूरे इतिहास के बारे में बताया जाएगा, क्योंकि बाबा बंदा सिंह बहादुर एक जुल्म के खिलाफ उन्होंने बहुत बड़ी लड़ाई लड़ी, क्योंकि जब जब भी जन पर इस धरती पर जब जब भी कभी पाप बढ़े हैं तो कोई ना कोई एक अवतार रूप के बीच में, कोई गुरु रूप के बीच में जो भी शख्सियत बड़ी आई है, तो उन्होंने ये बहुत तगड़ी लड़ाई जुल्मों के खिलाफ लड़के इस लोगों को राहत दी है। यहाँ आपके इस हलके में गुला में बाबा बंदा सिंह बहादुर जो सिख इतिहास में एक महान शहीद हुए हैं, उनके जीवन और कार्यों पर आधारित एक नाटिका जिसको हम लाइट साइट एंड साउंड प्रोग्राम बोलते हैं, वो अनाज मंडी के शेड के नीचे ये नाटक किया जाएगा। ये नाटक करने के लिए पंजाबी कला केंद्र चंडीगढ़ से टीम आ रही है, जिसमें लगभग 25 कलाकार होते हैं और वो बाबा जी के जीवन के ऊपर ये नाटक प्रस्तुत करेंगे। मुझे ये कहते हुए बड़ी खुशी होती है कि हरियाणा के माननीय मुख्यमंत्री श्री मनोहर लाल जी, उनकी सरपरस्ती में ये सारे कार्यक्रम चल रहे हैं, क्योंकि उनका विजन ये है कि संतों का, महापुरुषों का, गुरुजनों का, शहीदों का, जिन्होंने देश के लिए, समाज के लिए अपना सब कुछ न्योछावर किया है, उनको याद करना हमारा फर्ज बनता है। और समाज जब ऐसे महापुरुषों को याद रखता है तो देश का और समाज का भविष्य हमेशा उज्जवल होता है, और हमारा जो युवा वर्ग है वो इन चीज़ों से जुड़ करके अपने भविष्य को सुखद करता है। बाबा बंदा सिंह बहादुर गुरु गोविंद सिंह महाराज जी के लक्ष्मण देव था। जन्म उनका जम्मू कश्मीर में राजौरी रियासत में पुंछ में एक छोटा सा एरिया है तच्छल नाम से, वहाँ का है। 14 साल की उम्र में एक हिरणी का शिकार करते हुए उनको वैराग्य हो गया, तब उनका नाम लक्ष्मण देव से माधवदास हो गया। माधवदास के रूप में वो उत्तर भारत से रिटर्न करते हुए दक्षिण में नांदेड़ में पहुंचे और गोदावरी के किनारे अपनी कुटिया बना करके रहने लगे। उन्हीं दिनों दशमेश पिता श्री गुरु गोविंद सिंह जी महाराज उस इलाके में गए हैं और वहाँ उनका मिलाप माधवदास बैरागी से हुआ। माधवदास बैरागी तंत्र मंत्र के द्वारा लोगों की दुखों को दूर किया करते थे, लेकिन मानसिक शांति उनको नहीं थी। जब उन्होंने गुरु गोविंद सिंह महाराज जी के दर्शन किए तो दर्शन करते ही उनके मन में एक भाव पैदा हुआ और उन्होंने स्वयं को गुरु साहब के आगे समर्पित कर दिया। गुरु साहब ने उनकी जो भक्ति और शक्ति, संत और सिपाही का जो स्वरूप देखा, उसको देख करके उन्होंने सिख पंथ का प्रथम जर्नैल उनको नियुक्त किया। और पंजाब के जो हालात थे तत्कालीन मुगल सरकार द्वारा, मुगल साम्राज्य द्वारा आम लोगों के ऊपर जो अत्याचार जुल्म किए जा रहे थे, वो आप सबके सम्मुख हैं कि गुरु साहब को अपना सर्वंश बलिदान करना पड़ा, क्योंकि मुगलों के जुल्म इतने ज़्यादा थे। तो जब बंदा सिंह बहादुर, हाँ, जब गुरु गोविंद सिंह के साथ मिलाप हुआ तो उन्होंने माधवदास को बंदा सिंह बहादुर का रूप दिया। ये नाम उनका वैसे गुरुबख्श सिंह रखा गया, लेकिन संसार में प्रचलित बंदा सिंह बहादुर हुआ, क्योंकि जब गुरु साहब ने माधवदास बैरागी से पूछा कि आप कौन हैं, तो उनका उत्तर यही था कि मैं आपका बंदा हूँ।
ਤੇ ਉਧਰ ਸੁਲਤਾਨਪੁਰ ਲੋਧੀ ਵਿੱਚ FCI ਦੀ ਰੇਲ ਲੋਡਿੰਗ ਨੂੰ ਲੈ ਕੇ ਨਿੱਜੀ ਠੇਕੇਦਾਰ ਦਾ FCI ਲੇਬਰ ਵਿਰੋਧ ਕਰ ਰਹੀ ਹੈ, ਜਿਸ ਦੇ ਚਲਦੇ ਸੁਲਤਾਨਪੁਰ ਲੋਧੀ ਵਿੱਚ FCI ਮਜ਼ਦੂਰਾਂ ਨੇ ਠੇਕੇਦਾਰ ਦੀ ਲੋਡਿੰਗ ਰੋਕ ਦਿੱਤੀ ਅਤੇ ਲੋਡਿੰਗ ਚਾਲੂ ਕਰਵਾਉਣ ਲਈ ਪੁਲਿਸ ਬਲ ਤੈਨਾਤ ਕੀਤਾ ਗਿਆ, ਜਿਸ ਤੋਂ ਬਾਅਦ ਲੇਬਰ ਨੂੰ ਇਧਰ ਉਧਰ ਕਰਨ ਲਈ ਮਜ਼ਦੂਰਾਂ ਅਤੇ ਪੁਲਿਸ ਬਲ ਦੇ ਵਿਚਕਾਰ ਟਕਰਾਅ ਹੋ ਗਿਆ। ਪੁਲਿਸ ਨੇ ਹਲਕਾ ਲਾਠੀ ਚਾਰਜ ਕੀਤਾ ਅਤੇ ਮਜ਼ਦੂਰਾਂ ਨੇ ਪੁਲਿਸ ਤੇ ਪੱਥਰ ਸੁੱਟ, ਜਿਸ ਤੋਂ ਬਾਅਦ ਕਈ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। FCI ਦੀ ਸਪੈਸ਼ਲ ਦੀ ਲੋਡਿੰਗ ਹੋਣੀ ਸੀ, ਉਹਦੇ 'ਚ ਕੁਛ ਲੇਬਰ ਜਿਹੜੀ ਸੀਗੀ ਉਹ ਪ੍ਰੋਬਲਮ ਕ੍ਰੀਏਟ ਕਰ ਰਹੀ ਸੀ, ਜਿਹਦੇ ਕਰਕੇ ਇੱਥੇ ਥੋੜ੍ਹਾ ਜਿਹਾ ਇਸ਼ੂ ਹੋਇਆ ਅਤੇ ਉਹ ਹੁਣ ਸੋਲਵ ਹੋ ਗਿਆ, ਲੋਡਿੰਗ ਚੱਲ ਰਹੀ ਹੈ। ਹਾਂਜੀ, ਥੋੜ੍ਹਾ ਪ੍ਰੋਬਲਮ ਸੀਗੀ ਇਹ, ਇਹਦੇ ਵਿੱਚ ਡਿਪੂ ਅਤੇ ਰੇਲ ਹੈਡ ਦੇ ਮਜ਼ਦੂਰ ਜਿਹੜੇ ਸੀਗੇ, ਉਹਨਾਂ ਦਾ ਕੋਰਟ ਵੱਲੋਂ ਵੈਸੇ ਆਰਡਰ ਸੀਗਾ ਕਿ ਉਹਨਾਂ ਨੂੰ ਅੱਡ ਅੱਡ ਰੱਖਣਾ ਹੈਗਾ, ਪਰ ਉਹ ਬਸ ਕਹਿੰਦੇ ਸੀ ਸਾਡੇ ਕੋਲ ਕੋਈ ਸਟੇਟਸ ਕੋ ਦੀ ਕਾਪੀ ਹੈਗੀ ਹੈ, ਬਟ ਉਹ ਸਟੇਟਸ ਕੋ ਜਿਹੜਾ ਹੈਗਾ ਉਹ ਰੇਲ ਹੈਡਸ 'ਤੇ ਨਹੀਂ ਲੱਗਦਾ, ਉਹ ਡਿਪੂਜ਼ 'ਤੇ ਲੱਗਦਾ। ਠੇਕੇਦਾਰੀ ਸਿਸਟਮ ਖਤਮ ਹੋਇਆ ਸੀ, ਅਸੀਂ ਭਰ ਰਹੇ ਹਾਂ ਸ਼ਪਹਿਲਾਂ, ਅੱਜ ਠੇਕੇਦਾਰੀ ਉੱਠ ਕੇ ਸਾਡੇ ਨਾਲ ਜ਼ਬਰਦਸਤੀ ਸ਼ਪਹਿਲ ਭਰਾ ਰਿਹਾ। ਮੋਦੀ ਸਰਕਾਰ ਹਿੰਦੂਆਂ ਦੀ ਸੁਰੱਖਿਆ ਕਰਨ ਵਿੱਚ ਫੇਲ ਸਾਬਿਤ ਹੋ ਗਈ ਹੈ, ਜਿਸ ਕਾਰਨ ਭਾਜਪਾ ਦੇ ਸੀਨੀਅਰ ਨੇਤਾ ਰੁਪਿੰਦਰ ਲੋਚਮ ਭਾਜਪਾ ਛੱਡ ਕੇ ਆਰੀਆ ਸਮਾਜ ਚੌਂਕ ਸ਼ਿਵ ਸੈਨਾ ਵਰਕਰਾਂ ਵਿੱਚ ਸ਼ਾਮਿਲ ਹੋ ਗਏ। ਸ਼ਿਵਸੈਨਾ ਬਾਲ ਠਾਕਰੇ ਨੂੰ ਦੀਆਂ ਨੀਤੀਆਂ ਨੂੰ ਸਮਝਦੇ ਹੋਏ BJP ਦੇ ਜ਼ਿਲ੍ਹਾ ਵਾਈਸ ਪ੍ਰਧਾਨ ਰੁਪਿੰਦਰ ਲੋਚਮ ਜੀ ਸ਼ਿਵਸੈਨਾ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਕਿਉਂਕਿ ਸ਼ਿਵਸੈਨਾ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬਿਲਕੁਲ ਸਪੱਸ਼ਟ ਨੇ, ਕਹਿੰਦਾ ਜੋ ਕਹਿਣਾ ਉਹ ਕਰਨਾ, BJP ਵਾਂਗੂ ਨਹੀਂ ਹੈ ਕਿ ਕਹਿਣਾ ਕੁਛ ਅਤੇ ਕਰਨਾ ਕੁਛ। ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਹਿੰਦੂਆਂ ਦੀ ਸੁਰੱਖਿਆ ਕਰਨ ਦੇ ਵਿੱਚ ਅਸਫਲ ਸਾਬਤ ਹੋਏ ਨੇ, ਫੇਲ ਸਾਬਤ ਹੋਏ ਨੇ, ਇਸੇ ਕਾਰਨ ਬਹੁਤ ਸਾਰੇ ਲੋਕ ਸ਼ਿਵ ਸੈਨਾ ਦੇ ਨਾਲ BJP ਛੱਡ ਕੇ ਜੁੜ ਰਹੇ ਨੇ। ਮੈਂ ਰੁਪਿੰਦਰ ਲੋਚਮ, BJP ਜ਼ਿਲ੍ਹਾ ਵਾਈਸ ਪ੍ਰਧਾਨ, BJP ਛੱਡ ਕੇ ਮੈਂ ਸਿਵਸੈਨਾ ਬਾਲ ਠਾਕਰੇ 'ਚ ਆ ਰਿਹਾ, ਕਿਉਂਕਿ ਨਰਿੰਦਰ ਮੋਦੀ ਜਿਹੜੇ ਹਿੰਦੂਆਂ ਦੀ ਰੱਖਿਆ ਕਰਨ ਨੂੰ ਕਾਮਯਾਬ ਨਹੀਂ ਰਹੇ, ਇਸ ਕਰਕੇ ਜਿਹੜੀ ਸਿਵਸੈਨਾ ਬਾਲ ਠਾਕਰੇ ਕੱਟੜ ਪਾਰਟੀ ਹੈ, ਹਿੰਦੂ ਪਾਰਟੀ ਹੈ, ਇਸ ਕਰਕੇ ਮੈਂ ਸਿਵਸੈਨਾ ਬਾਲ ਠਾਕਰੇ ਜੁਆਇਨ ਕਰ BJP ਛੱਡ। ਤੇ ਹੁਣ ਜਾਂਦੇ ਜਾਂਦੇ ਇੱਕ ਨਜ਼ਰ ਹੈਡਲਾਈਨਸ ਤੇ। ਬਾਲੀਵੁੱਡ ਦੇ ਸੁਪਰ ਸਟਾਰ ਰਾਜੇਸ਼ ਖੰਨਾ ਨੂੰ ਦਿੱਤੀ ਗਈ ਸ਼ਰਧਾਂਜਲੀ। ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਵਿੱਚ ਸ਼ਾਮ ਮਰਦਾਨੀ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ। ਹੁਸ਼ਿਆਰਪੁਰ ਵਿੱਚ ਪੁਲਿਸ ਨੇ ਇੱਕ ਨੌਸਰਬਾਜ਼ ਨੂੰ ਕੀਤਾ ਗ੍ਰਿਫਤਾਰ। ਪੁਲਿਸ ਨਾਲ ਰਾਜ਼ੀਨਾਮਾ ਕਰਾਉਣ ਦੇ ਨਾਂ ਤੇ ਲੈਂਦਾ ਸੀ ਲੋਕਾਂ ਤੋਂ ਲੱਖਾਂ ਰੁਪਏ। ਤਲਵੰਡੀ ਸਾਬੋ ਵਿੱਚ ਲੋਕਾਂ ਨੇ ਕਾਂਗਰਸ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ। ਕਿਹਾ ਕਾਂਗਰਸ ਸਰਕਾਰ ਨੇ ਆਟਾ ਦਾਲ ਸਕੀਮ ਕੀਤੀ ਬੰਦ, ਗਰੀਬ ਲੋਕ ਹੋ ਰਹੇ ਨੇ ਪਰੇਸ਼ਾਨ। ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਬਣੇ ਰਹੇ ਬਨ ਪੰਜਾਬੀ ਦੇ ਨਾਲ। ਧੰਨਵਾਦ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.